ਖਬਰ ਲੈਂਦੇ ਹਾਂ ਮੋਗੇ ਤੋਂ। ਮੋਗੇ ਦੇ ਪਿੰਡ ਚੂੜ ਚੱਕ ਵਿੱਚ ਸਰਕਾਰੀ ਰਾਸ਼ਨ ਦੀ ਵੰਡ ਨੂੰ ਲੈ ਕੇ ਕਾਂਗਰਸ ਪਾਰਟੀ ਨਾਲ ਸੰਬੰਧਿਤ ਦੋ ਧਿਰਾਂ ਵਿੱਚ ਵਿਵਾਦ ਖੜਾ ਹੋ ਗਿਆ। ਦਰਅਸਲ ਮਾਮਲਾ ਉਦੋਂ ਚਰਚਾ ਦਾ ਵਿਸ਼ਾ ਬਣਿਆ ਜਦੋਂ ਜ਼ਿਲ੍ਹਾ ਮੋਗੇ ਦੇ ਪਿੰਡ ਚੂੜ ਚੱਕ 'ਚ ਸਰਕਾਰੀ ਰਾਸ਼ਨ ਦੀ ਵੰਡ ਨੂੰ ਲੈ ਕੇ ਕਾਂਗਰਸ ਪਾਰਟੀ ਨਾਲ ਸੰਬੰਧਿਤ ਦੋਵੇਂ ਧਿਰਾਂ ਇੱਕ ਦੂਜੇ ਦੇ ਸਾਹਮਣੇ ਆ ਗਈਆਂ। ਜਦੋਂ ਪਿੰਡ ਦੀ ਸਰਪੰਚ ਦੇ ਪਤੀ ਅਤੇ ਜ਼ਿਲ੍ਹਾ ਕਾਂਗਰਸ ਦੇ ਜਨਰਲ ਸਕੱਤਰ ਰੇਸ਼ਮ ਸਿੰਘ ਲੱਡੂ ਨੇ ਆਪਣੇ ਪਿੰਡ ਦੇ ਲਈ ਜ਼ਰੂਰਤਮੰਦ ਲੋਕਾਂ ਨੂੰ ਸਰਕਾਰੀ ਤੌਰ 'ਤੇ ਰਾਸ਼ਨ ਵੰਡਣ ਲਈ ਕਾਂਗਰਸ ਪਾਰਟੀ ਦੀ ਹਲਕਾ ਇੰਚਾਰਜ ਬੀਬੀ ਰਾਜਵਿੰਦਰ ਕੌਰ ਭਾਗੇਕੀ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਜਸਵਿੰਦਰ ਸਿੰਘ ਕੁੱਸਾ ਕੋਲ ਅਪੀਲ ਕਰ ਰਹੇ ਸਨ, ਪਰ ਮਾਰਕੀਟ ਕਮੇਟੀ ਦੇ ਚੇਅਰਮੈਨ ਜਸਵਿੰਦਰ ਸਿੰਘ ਕੁੱਸਾ ਨੇ ਪਿੰਡ ਦੇ ਸਰਪੰਚ ਦੇ ਗੁੱਟ ਦੀ ਅਣਦੇਖੀ ਕਰਕੇ ਹੋਰ ਵਿਅਕਤੀਆਂ ਨਾਲ ਲੈ ਕੇ ਕਣਕ ਦੀ ਵੰਡ ਸ਼ੁਰੂ ਕਰ ਦਿੱਤੀ। ਇਸ ਮਾਮਲੇ 'ਤੇ ਅੱਜ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਜ਼ਿਲ੍ਹਾ ਕਾਂਗਰਸ ਦੇ ਜਨਰਲ ਸਕੱਤਰ ਰੇਸ਼ਮ ਸਿੰਘ ਲੱਡੂ ਨੇ ਕਿਹਾ ਹੈ ਕਿ ਉਹਨਾਂ ਕਾਂਗਰਸ ਪਾਰਟੀ ਦਾ ਉਦੋਂ ਤੋਂ ਝੰਡਾ ਬੁਲੰਦ ਕੀਤਾ ਹੋਇਆ ਹੈ ਜਦੋਂ ਕਾਂਗਰਸ ਪਾਰਟੀ ਦਾ ਅਕਾਲੀ ਸਰਕਾਰ ਸਮੇਂ ਕੋਈ ਨਾਮੋ ਨਿਸ਼ਾਨ ਨਹੀਂ ਸੀ। 2018 ਦੇ ਵਿੱਚ ਸਰਪੰਚੀ ਦੀ ਚੋਣ ਤੇ ਖੜਾ ਹੋਣ ਤੋਂ ਬਾਅਦ ਵੱਡੇ ਫਰਕ ਦੇ ਨਾਲ ਇਹ ਸੀਟ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਵਿੱਚ ਪਾਈ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਉਹ ਫਿਰ ਵੀ ਉਹਨਾਂ ਦੇ ਪਿੰਡ ਵਿੱਚ ਪੰਚਾਇਤ ਦੀ ਅਣਦੇਖੀ ਕਰਕੇ ਅਕਾਲੀ ਪਿਛੋਕੜ ਵਾਲਿਆਂ ਨੂੰ ਅੱਗੇ ਕੀਤਾ ਜਾ ਰਿਹਾ ਹੈ। ਸਾਬਕਾ ਅਕਾਲੀ ਸਰਪੰਚ ਦੀ ਹਾਜ਼ਰੀ ਦੇ ਵਿੱਚ ਰਾਸ਼ਨ ਦੀ ਵੰਡ ਕੀਤੀ ਜਾ ਰਹੀ ਹੈ ਜੋ ਉਹ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ, ਜਿਸ ਸੰਬੰਧੀ ਉਹਨਾਂ ਨੇ ਪਾਰਟੀ ਦੇ ਪ੍ਰਧਾਨ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਇੱਕ ਪੱਤਰ ਲਿਖਿਆ ਹੈ। ਇਸ ਮੌਕੇ ਤੇ ਜਾਟ ਸਭਾ ਕਾਂਗਰਸ ਦੇ ਪ੍ਰਧਾਨ ਜਸਵੰਤ ਸਿੰਘ ਪੱਪੀ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਹਲਕਾ ਇੰਚਾਰਜ ਬੀਬੀ ਰਾਜਵਿੰਦਰ ਕੌਰ ਭਾਗੀਕੇ ਵੱਲੋਂ ਟਕਸਾਲੀਆਂ ਕਾਂਗਰਸੀਆਂ ਨੂੰ ਜਾਣ ਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਹਨਾਂ ਨੇ ਕਿਹਾ ਹੈ ਕਿ ਉਹ ਨਾ ਇਸ ਮਾਮਲੇ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਹਲਕੇ ਦੇ ਟਕਸਾਲੀਆਂ ਦਾ ਮਾਣ ਸਨਮਾਨ ਬਹਾਲ ਕੀਤਾ ਜਾਵੇ। ਇਸ ਮੌਕੇ ਤੇ ਪ੍ਰਧਾਨ ਪੱਪੀ ਨੇ ਕਿਹਾ ਹੈ ਕਿ ਹੁਣ ਰਾਸ਼ਨ ਵੰਡਣ ਦੇ ਵਿੱਚ ਕਿਸੇ ਨਾਲ ਵਿਤਕਰਾ ਨਾ ਕੀਤਾ ਜਾਵੇ, ਸਗੋਂ ਹਰੇਕ ਤੱਕ ਰਾਸ਼ਨ ਪੁੱਜਦਾ ਹੋਣਾ ਚਾਹੀਦਾ ਹੈ। ਇਸ ਸੰਬੰਧ ਵਿੱਚ ਕੀ ਗੱਲਬਾਤ ਹੋਈ ਹੈ, ਆਓ ਸੁਣਦੇ ਹਾਂ। ਇਹ ਜੀ ਵਿਤਕਰਾ ਇਹ ਹੋ ਰਿਹਾ ਜੇ ਜਿਹੜੀਆਂ ਕੈਪਟਨ ਸਾਹਿਬ ਨੇ ਕਿੱਟਾਂ ਭੇਜੀਆਂ ਸੀਗੀਆਂ ਉਹ ਇਹਨਾਂ ਨੇ, ਕਿਉਂਕਿ ਬੀਬੀ ਰਾਜਵਿੰਦਰ ਕੌਰ ਭਾਗੀਕੇ ਹਲਕਾ ਇੰਚਾਰਜ ਨਿਹਾਲ ਸਿੰਘ ਵਾਲਾ, ਉਹਨਾਂ ਨੇ ਜਿਹੜਾ ਇਹਨਾਂ ਨੇ ਨਵਾਂ ਆਪਣਾ ਚੇਅਰਮੈਨ ਬਣਾਇਆ ਹੈਗਾ ਜਸਵਿੰਦਰ ਸਿੰਘ ਕੁੱਸਾ, ਉਹਨੂੰ ਕਿੱਟਾਂ ਦੇ ਕੇ ਭੇਜਿਆ ਇਸ ਨਗਰ ਦੇ ਵਿੱਚ, ਕਿਉਂਕਿ ਇਹ ਪਹਿਲਾਂ ਹੀ ਅਕਾਲੀ ਦਲ ਦੇ ਵਿੱਚੋਂ ਆਏ ਸੀ। ਇਹਨਾਂ ਨੇ ਜਿੰਨੇ ਅਕਾਲੀ ਦਲ ਦੇ ਵਰਕਰ ਸੀਗੇ ਜਾਂ ਲੀਡਰ ਸੀਗੇ, ਜਿਵੇਂ ਕਿ ਪੁਰਾਣਾ ਸਰਪੰਚ ਕੁਲਦੀਪ ਸਿੰਘ ਸ਼੍ਰੋਮਣੀ ਅਕਾਲੀ ਦਲ ਦਾ ਐੱਸ ਸੀ ਵਿੰਗ ਦਾ ਪ੍ਰਧਾਨ ਵੀ ਰਿਹਾ ਹੈਗਾ ਉਹ, ਅਤੇ ਸਰਪੰਚ ਵੀ ਰਿਹਾ ਇਸ ਪਿੰਡ ਦਾ, ਉਹਨਾਂ ਨੂੰ ਨਾਲ ਲੈ ਕੇ ਅਤੇ ਜਿੰਨੇ ਵੀ ਅਕਾਲੀ ਦਲ ਦੇ ਮੈਂਬਰ ਸੀਗੇ ਉਹਨਾਂ ਨੂੰ ਨਾਲ ਲੈ ਕੇ ਇਹਨਾਂ ਨੇ ਇਸ ਨਗਰ ਦੇ ਵਿੱਚ ਕਿੱਟਾਂ ਜਿਹੜੀਆਂ ਉਹ ਵੰਡੀਆਂ। ਤੁਹਾਡੇ ਨਾਲ ਕਿਉਂ ਨਹੀਂ, ਤੁਹਾਨੂੰ ਕਿਉਂ ਨਹੀਂ, ਤੁਸੀਂ ਕਾਂਗਰਸ ਪਾਰਟੀ ਨਾਲ ਸੰਬੰਧਿਤ ਹੋ, ਕਿਉਂ ਪਤਾ ਨਹੀਂ ਜੀ ਸਾਡੇ ਨਾਲ ਕਿਉਂ ਵਿਤਕਰਾ ਕੀਤਾ, ਕਿਉਂਕਿ ਕਾਰਨ ਇਹ ਆ, ਜਿਹੜਾ ਮੈਂ ਸੋਚ ਰਿਹਾ ਉਹ ਤਾਂ ਇਹੀ ਆ ਕਿ ਮੈਂ ਵੀ ਚੇਅਰਮੈਨੀ ਵਾਸਤੇ ਅਪਲਾਈ ਕੀਤਾ ਸੀਗਾ, ਇਹਨਾਂ ਨੇ ਵੀ ਕੀਤਾ ਸੀਗਾ, ਮੇਰੇ ਨਾਲ ਤਕਰੀਬਨ 20-21 ਪਿੰਡ ਸੀਗੇ ਖੜ੍ਹੇ ਜਿਨ੍ਹਾਂ ਨੇ ਲਿਖ ਕੇ ਦਿੱਤਾ ਸੀਗਾ ਸਾਨੂੰ ਇਹ ਚੇਅਰਮੈਨ ਚਾਹੀਦਾ। ਪਰ ਚਲੋ ਕੋਈ ਗੱਲ ਨਹੀਂ, ਸਾਨੂੰ ਉਹਦਾ ਵੀ ਕੋਈ ਇਤਰਾਜ਼ ਨਹੀਂ, ਕਿਉਂਕਿ ਜੋ ਕੈਪਟਨ ਸਾਹਿਬ ਦਾ ਫੈਸਲਾ ਸਾਡੇ ਸਿਰ ਮੱਥੇ ਦੇ ਉੱਤੇ। ਪਰ ਹੁਣ ਇਹ ਸਾਨੂੰ ਪਿੰਡ ਦੇ ਵਿੱਚ ਕਿਉਂ ਜਲੀਲ ਕੀਤਾ ਗਿਆ, ਸਾਡਾ ਇਹ ਆ, ਅਸੀਂ ਕਾਂਗਰਸ ਦੇ ਕੱਟੜ ਵਰਕਰ ਹਾਂ। ਕਨੇਡਾ ਮੈਂ 26-27 ਸਾਲ ਲਾ ਕੇ ਆਇਆ, ਜਦੋਂ ਦਾ ਆਇਆ ਕਾਂਗਰਸ ਪਾਰਟੀ ਦੇ ਨਾਲ ਜੁੜਿਆ ਹੋਇਆ, ਠੀਕ ਹੈ, ਪੰਜਾਬ ਦੀ ਪਾਰਟੀ ਦੇ ਵਿਰੁੱਧ ਹੋ ਰਹੇ ਹਾਂ, ਹਾਂ ਉੱਪਰ ਗੱਲ ਕੀਤੀ, ਬਿਲਕੁਲ ਜੀ, ਪਾਰਟੀ ਦੇ ਵਿਰੁੱਧ ਨਹੀਂ ਅਸੀਂ ਹੈਗੇ, ਅਸੀਂ ਪਾਰਟੀ ਦੇ ਵਿੱਚ ਜਿਹੜੇ ਇਹਨਾਂ ਦੇ ਚੁਣੇ ਹੋਏ ਨੁਮਾਇੰਦੇ ਆ, ਠੀਕ ਹੈ ਕਿ ਨਹੀਂ, ਜਿਹੜੇ ਸਾਡੇ ਨਾਲ ਧੱਕਾ ਕਰ ਰਹੇ ਆ ਉਹਨਾਂ ਦੇ ਵਿਰੁੱਧ ਹਾਂ। ਅੱਜ ਜੀ ਅਸੀਂ ਪਿੰਡ ਚੂੜ ਚੱਕ ਨਵਾਂ ਵਿਖੇ ਸਰਦਾਰ ਰੇਸ਼ਮ ਸਿੰਘ ਸਰਪੰਚ ਉਹਦੇ ਗ੍ਰਹਿ ਵਿਖੇ ਇਕੱਤਰ ਹੋਏ ਹਾਂ, ਕਿਉਂਕਿ ਸਾਨੂੰ ਪਤਾ ਹੈ ਪਿਛਲੇ ਸਮੇਂ ਦੇ ਵਿੱਚ ਉਹ ਜਿੰਨੇ ਟਕਸਾਲੀ ਕਾਂਗਰਸੀ ਆਗੂ ਆ ਇਸ ਹਲਕਾ ਨਿਹਾਲ ਸਿੰਘ ਦੇ, ਉਹ ਬੜੇ ਹਲਕਾ ਇੰਚਾਰਜ ਤੰਗ ਹੋ ਕੇ ਅਤੇ ਲੋਕਾਂ ਦੇ ਵਿੱਚ ਵਿਚਰ ਰਹੇ ਆ ਜੀ, ਅਤੇ ਉਹਨਾਂ ਦਾ ਕੋਈ ਵੀ ਕਾਂਗਰਸ ਪਾਰਟੀ ਦੇ ਨਾਲ ਪੂਰਾ ਲਗਾ ਜੀ, ਅਤੇ ਜਦੋਂ ਵੀ ਇਲੈਕਸ਼ਨ ਹੁੰਦੇ ਆ ਅਤੇ ਟਕਸਾਲੀ ਕਾਂਗਰਸੀ ਇਲੈਕਸ਼ਨ ਦੇ ਵਿੱਚ ਅੱਗੇ ਹੋ ਕੇ ਲੜਦੇ ਆ। ਹੁਣ ਜਿਹੜੀ ਗੱਲ ਸਾਹਮਣੇ ਆਈ ਹੈ ਕਰੋਨਾ ਵਾਇਰਸ ਮਹਾਂਮਾਰੀ ਦੇ ਚੱਲਦਿਆਂ ਹੋਇਆਂ ਪੰਜਾਬ ਸਰਕਾਰ ਵੱਲੋਂ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ ਜਿਹੜਾ ਰਾਸ਼ਨ ਹੈ ਗਰੀਬ ਲੋਕਾਂ ਵਾਸਤੇ ਘਰ ਘਰ ਪਹੁੰਚਾਇਆ ਜਾ ਰਿਹਾ, ਜਿਹੜੇ ਹਲਕੇ ਦੇ MLA ਆ ਜਾਂ ਹਲਕੇ ਦੇ ਇੰਚਾਰਜ ਆ, ਪਹਿਲੀ ਗੱਲ ਤਾਂ ਸਾਡੇ ਹਲਕੇ ਦਾ ਇੰਚਾਰਜ ਹੀ ਕੋਈ ਨਹੀਂ,
ਆਪਦੇ ਆਪ ਬਣੇ ਹੋਏ ਹਲਕਾ ਇੰਚਾਰਜ ਹੈ। ਉਹ ਜਿਹੜਾ ਰਾਸ਼ਨ ਹੈ ਬੀਬੀ ਰਾਜਵਿੰਦਰ ਕੌਰ ਭਾਗੀਏ ਦੇ ਥਰੂ ਆਇਆ ਜੀ। ਉਹ ਇਸ ਪਿੰਡ ਚੂੜ ਚੱਕ ਪਿੰਡ ਦੇ ਵਿੱਚ ਆਸ਼ਾ ਵਰਕਰਾਂ 3 ਪੋਜ਼ਿਟਿਵ ਕੇਸ ਪਾਈਆਂ ਗਈਆਂ ਅਤੇ ਇਸ ਪਿੰਡ ਦੇ ਵਿੱਚ ਰਾਸ਼ਨ ਪਹੁੰਚਾਉਣਾ ਸੀ। ਇੱਥੋਂ ਦੇ ਟਕਸਾਲੀ ਕਾਂਗਰਸੀ ਆ ਜਿਹੜੇ ਪਿੰਡ ਨੂੰ ਸਰਪੰਚ ਦੇ ਅਹੁਦੇ ਤੋਂ ਪਹਿਲਾਂ ਵੀ ਬਹੁਤ ਵਧੀਆ ਸੇਧ ਦੇ ਰਹੇ ਆ ਅਤੇ ਕੰਮ ਕਰ ਰਹੇ ਲੋਕਾਂ 'ਚ ਵਿਚਰ ਕੇ, ਉਹਨਾਂ ਨੂੰ ਇਗਨੋਰ ਕੀਤਾ ਗਿਆ ਜੀ। ਇਸ ਗੱਲ ਦੇ ਦੁਖੀ ਹੋ ਕੇ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਰੇਸ਼ਮ ਸਿੰਘ ਸਰਪੰਚ ਨੇ ਆਪਦੇ ਗ੍ਰਹਿ ਵਿਖੇ ਸੱਦੀ ਹੈ ਅਤੇ ਅਸੀਂ ਸਾਰੇ ਅਹੁਦੇਦਾਰ ਕਾਂਗਰਸ ਪਾਰਟੀ ਦੇ ਇਹਦੇ ਸਾਥ ਦੇਣ ਲਈ ਸਰਪੰਚ ਸਾਹਿਬ ਦਾ ਇਕੱਤਰ ਹੋਏ ਹਾਂ। ਜਿਵੇਂ ਮੇਰੇ ਨਾਲ ਮੇਰਾ ਸਾਥੀ ਸੁਰਜੀਤ ਸਿੰਘ ਮੀਤਾ ਰਣੀਆਂ ਵਾਈਸ ਪ੍ਰਧਾਨ, ਮਨਦੀਪ ਸਿੰਘ ਬਲਾਕ ਸਮਿਤੀ ਮੈਂਬਰ ਡਾਲਾ, ਵਿਜਿੰਦਰ ਸਿੰਘ ਬੱਲੀ ਮੀਤ ਪ੍ਰਧਾਨ ਕਾਂਗਰਸ ਡਿਸਟ੍ਰਿਕਟ ਮੋਗਾ ਅਤੇ ਹੋਰ ਇਸ ਨਗਰ ਦੇ ਜੋ ਨਵਾਂ ਚੂੜ ਚੱਕ ਦੇ ਮੈਂਬਰ ਪੰਚਾਇਤ ਉਹ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਹਾਜ਼ਰ ਹੈ ਜੀ। ਇਸ ਕਰਕੇ ਅਸੀਂ ਟਕਸਾਲੀ ਕਾਂਗਰਸੀ ਹਲਕਾ ਇੰਚਾਰਜ ਦੇ ਵਿੱਚ ਦੁਖੀ ਹਾਂ। ਜਿਵੇਂ ਕਿ ਅਸੀਂ ਪਹਿਲਾਂ ਵੀ ਉਹਨਾਂ ਦੇ ਖਿਲਾਫ਼ ਝੰਡਾ ਬੁਲੰਦ ਕੀਤਾ ਸੀ ਅਤੇ ਆਪਣੀ ਜਿਹੜੀ ਗੱਲ ਹੈ ਉਹ ਕਾਂਗਰਸ ਹਾਈਕਮਾਂਡ ਤੱਕ ਪਹੁੰਚਾਈ ਸੀ, ਪਰ ਫਿਰ ਵੀ ਇਹ ਸਾਡੇ ਨਾਲ ਸਾਡੇ ਟਕਸਾਲੀ ਕਾਂਗਰਸ ਨੂੰ ਖੂੰਜੇ ਲਾਉਣ ਦੀ ਖਾਤਰ, ਜਿਹੜੇ ਅਕਾਲੀ ਦਲ ਦੇ ਵਰਕਰ ਹੈ ਉਹਨਾਂ ਨੂੰ ਅੱਗੇ ਲਿਆਉਣ ਦੀ ਖਾਤਰ ਉਹਨਾਂ ਦੇ ਘਰਾਂ ਦੇ ਵਿੱਚ ਜਾ ਰਾਸ਼ਨ ਦੇ ਰਹੇ ਆ, ਉਹ ਲੋਕਾਂ ਦੇ ਵਿੱਚ ਵਿਚਰ ਰਹੇ ਆ। ਇਸ ਦੇ ਨਾਲ ਕਾਂਗਰਸ ਪਾਰਟੀ ਨੂੰ ਅਤੇ ਹਲਕਾ ਨਿਹਾਲ ਸਿੰਘਾਂ ਨੂੰ ਬਹੁਤ ਖੋਰਾ ਲੱਗ ਰਿਹਾ। ਇਸ ਦੁਖੀ ਹੋ ਕੇ ਅੱਜ ਦੀ ਜੋ ਕਾਨਫਰੰਸ ਆ ਉਹ ਕੀਤੀ ਜਾ ਰਹੀ ਹੈ। ਮੋਗੇ ਤੋਂ ਸਰਬਜੀਤ ਰੌਲੀ ਦੀ ਰਿਪੋਰਟ।